ਬੰਦਾ ਦੀ ਵੀਡੀਓ ਦਿਖਾਤੀ ਵੀ ਸਾਡੇ ਬੰਦੇ ਨੇ ਗਾਣੇ ਜ਼ਖਮੀ ਕਰਤੇ ਜਿਹੜੇ ਸਾਡੇ ਬੰਦੇ ਉੱਥੇ ਉਹਨਾਂ ਨੇ ਕੁੱਟ ਕੁੱਟ ਕੇ ਸੁੱਟਤੇ ਕਿੰਨੇ ਬੰਦੇ ਅਧਮਰੇ ਕਰਕੇ ਸੁੱਟਤੇ ਉਹਨਾਂ ਦਾ ਉਹਨਾਂ ਨੂੰ ਕੌਣ ਪੁੱਛੂਗਾ ਹੁਣ ਸਾਨੂੰ ਹਸਪਤਾਲ ਚੋਂ ਨਹੀਂ ਉਹਨਾਂ ਨੇ ਆਪਦਾ ਬੰਦਾ ਦਿਖਾਤਾ ਵੀ ਸਾਡਾ ਬੰਦਾ ਮਾਰਤਾ ਜਿਹਨੇ ਗਾਣੇ ਤੇ ਇਹ ਸਾਡੇ ਬੰਦੇ ਜ਼ਖਮੀ ਕਰਤੇ ਨਾਲੇ ਆਪ ਹੀ ਉਹਨਾਂ ਨੇ ਆਪ ਹੀ ਬੰਦਾ ਮਾਰਿਆ ਆਪਦਾ ਆਪ ਹੀ ਆਪਦਾ ਬੰਦਾ ਮਾਰ ਕੇ ਆਪ ਹੀ ਬਾਹਰ ਸੁੱਟ ਕੇ ਹੁਣ ਦਿਖਾ ਰਹੇ ਨੇ ਵੀ ਭਾਈ ਸਾਡਾ ਬੰਦਾ ਇਹਨਾਂ ਨੇ ਮਾਰਤਾ ਤੇ ਹੁਣ ਫੇਰ ਆਲੇ ਦੁਆਲੇ ਸਾਰੇ ਸੋਣੇ ਨੂੰ ਘੇਰਾ ਪਾ ਰੱਖਿਆ ਸਾਰੀਆਂ ਨਿੰਗਾ ਸਿੰਘਾਂ ਫੌਜਾਂ ਨੂੰ ਬੇਨਤੀ ਹੈ ਜਿਹੜੇ ਆਪਾਂ ਆਪਣੇ ਘਰਾਂ 'ਚ ਬੈਠੇ ਆਪਦਾ ਆਪ ਨੂੰ ਵੱਡੇ ਦਲ ਦਾ ਨਾਮ ਲੈ ਕੇ ਕੁਛ ਨਾ ਕੁਛ ਬਣਦੇ ਨੇਗੇ ਉਹਨਾਂ ਨੂੰ ਬੇਨਤੀ ਵੀ ਇੱਥੇ ਆ ਕੇ ਦੇਖੋ ਪਤਾ ਲੱਗੂਗਾ ਵੀ ਕੀ ਹੁੰਦਾ ਨਿੰਗਾ ਸਿੰਘਾਂ ਵਾਲੀ ਗੱਲਬਾਤ ਕੀ ਦਲਾਂ ਪੰਥਾਂ ਦੇ ਵਿੱਚ ਰਹਿ ਕੇ ਕੀ ਹੁੰਦਾ ਗਾ ਇੱਥੇ ਪੁਲਿਸ ਨਿੰਗਾ ਸਿੰਘਾਂ ਨਾਲ ਧੱਕਾ ਕਰੀ ਜਾਂਦੀ ਹੈਗੀ ਵੱਡੇ ਦਲ ਨਾਲ ਕੱਲ੍ਹ ਨੂੰ ਆ ਕੇ ਹਰੇਕ ਜੋੜ ਮਿਲਿਆ ਤੇ ਆਊਗਾ ਹਰੇਕ ਸਾਡੇ ਨਾਲ ਗੁੱਸੇ ਹੋ ਜਾਂਦਾ ਹਾਂ ਜੀ ਮੈਨੂੰ ਤਾਂ ਬਾਬੇ ਨੇ ਆਸਣ ਨਹੀਂ ਦਿੱਤਾ ਜੀ ਮੈਨੂੰ ਬਾਬੇ ਨੇ ਰਸਤ ਵਸਤ ਨਹੀਂ ਦਿੱਤੀ ਹੁਣ ਇੱਥੇ ਪਤਾ ਲੱਗੂ ਮੋਰਚੇ ਦੇ ਵਿੱਚ ਵੀ ਕਿਹੜਾ ਵੀ ਇੱਥੇ ਲੜਦਾ ਗਾ ਜੰਗ ਦੇ ਮੈਦਾਨ ਦੇ ਵਿੱਚ ਪਤਾ ਲੱਗ ਜਾਂਦਾ ਵੀ ਕਿਹੜੀ ਫੌਜ ਆਪਣੀ ਹੈ ਕਿਹੜੀ ਬਗਾਨੀ ਆ ਇਹਨਾਂ ਨੇ ਪੁਲਿਸ ਨੇ ਦੇਖੋ ਹੁਣ ਇੱਕ ਆਹ ਸਿੰਘ ਹੈਗਾ ਇਹਦੇ ਪੁਲਿਸ ਵਾਲੇ ਕੋਲ ਵੀ ਗੰਡਾਸੇ ਸੀਗੇ ਇੱਥੇ ਤੁਸੀਂ ਪਹਿਲੀ ਵਾਰ ਦੇਖਣਗੇ ਆਹ ਵੇਖੋ ਸਿੰਘ ਦੇ ਤਿਆਰ ਬਰਤਿਆਰ ਫੌਜ ਅਕਾਲ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਨਵਾਬ ਕਿੰਨੇ ਸਿੰਘਾਂ ਨੇ ਜ਼ਖਮ ਕੀਤੇ ਨੇ ਪਾਤਸ਼ਾਹ ਦੀ ਕਿਰਪਾ ਤੇ ਅਰਪਿਤ ਕਰ ਇੱਥੇ ਸਾਰੇ ਆਪਣੇ ਗੱਡੀਆਂ ਦੇ ਉੱਪਰ ਰੋੜੇ ਮਾਰੇ ਨੇ ਇਹਨਾਂ ਨੇ ਬਾਹਰੋਂ ਪੁਲਿਸ ਨੇ ਰੋੜੇ ਮਾਰੇ ਨੇਗੇ ਅੰਦਰ ਗੋਲੀਆਂ ਚਲਾਈਆਂ ਇਹਨਾਂ ਨੇ ਬਾਹਰੋਂ ਫੌਜਾਂ ਸਾਡੇ ਕੋਲ ਕਿਹੜਾ ਅਸਲਾ ਸੀਗਾ ਇਹਨਾਂ ਨੇ ਅਥਰੂ ਗੈਸ ਦੇ ਮਾਰੇ ਵੀ ਪਤਾ ਨੀ ਜਿਵੇਂ ਬਹੁਤ ਅੱਤਵਾਦੀ ਬਣੇ ਹੋਏ ਹੁੰਦੇ ਨੇ ਅਸੀਂ ਇੱਥੇ ਕਿਹੜੇ ਅੱਤਵਾਦੀ ਆਂਗੇ ਗੁਰੂ ਦੀ ਲਾਡਲੀ ਫੌਜਾਂ ਆਪਦੀ ਸੌਣੀ ਦੇ ਵਿੱਚ ਅਸੀਂ ਬੈਠੇ ਹੋਏ ਆਂਗੇ ਆਹ ਦੇਖੋ ਅਥਰੂ ਗੈਸ ਇਹਨਾਂ ਨੇ ਸੁੱਟੇ ਹੋਏ ਨੇ ਅਸੀਂ ਤਾਂ ਆਪਦੀ ਸੌਣੀ ਦੇ ਵਿੱਚ ਬੈਠੇ ਆ ਆਪਦਾ ਪੜਾਗ ਆ ਵੱਡੇ ਦਲ ਦਾ ਪੁਲਿਸ ਦਾ ਤਾਂ ਇੱਥੇ ਮਦਦ ਵੀ ਨਹੀਂ ਮੰਨਦਾ ਵੀ ਪੁਲਿਸ ਆ ਕੇ ਇੱਥੇ ਸਿੰਘਾਂ ਦੇ ਉੱਪਰ ਗੋਲੀ ਚਲਾਵੇ ਧੱਕਾ ਕਰੇ ਹੁਣ ਬਾਹਰੋਂ ਖਬਰਾਂ ਦੇਈ ਜਾਂਦੇ ਨੇ ਪੁਲਿਸ ਨੇ ਪੁਲਿਸ ਜ਼ਖਮੀ ਕਰਤੀ ਨਿੰਗਾ ਸਿੰਘ ਨੇ ਹਮਲਾ ਕਰਤਾ ਨਿੰਗਾ ਸਿੰਘ ਤਾਂ ਆਪਦੇ ਪੜਾਅ ਤੇ ਬੈਠੇ ਨੇ ਪੁਲਿਸ ਨੇ ਆ ਕੇ ਹਮਲਾ ਕੀਤਾ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਆਉਣ ਸਾਰ ਸਿੰਘਾਂ ਤੇ ਡਾਂਗ ਫੇਰਨੀ ਸ਼ੁਰੂ ਕਰਤੀ ਫਿਰ ਅੱਗੋਂ ਹੁਣ ਸਿੰਘਾਂ ਨੇ ਇਹਦੇ ਹਾਰ ਥੋੜਾ ਪਾਉਣੇ ਸੀਗੇ ਜਿਹਨਾਂ ਕੋਲ ਸਿੰਘਾਂ ਕੋਲ ਸ਼ਸਤਰ ਵਸਤਰ ਹੈਗੀ ਸੀ ਸਿੰਘਾਂ ਨੇ ਵੀ ਚਲਾਏ ਨੇ ਸ਼ਸਤਰ ਸਿੰਘਾਂ ਨੇ ਵੀ ਸ਼ਸਤਰ ਚਲਾਏ ਨੇ ਫਿਰ ਮਾੜੇ ਮੋਟੇ ਜਿਹੜੇ ਹੁਣ ਤਾਂ ਜੰਗ ਦੇ ਵਿੱਚ ਤਾਂ ਦੋਵੇਂ ਪਾਸੇ ਹੁੰਦੇ ਹੀ ਹੁੰਦੇ ਨੇ ਜ਼ਖਮੀ ਇਹ ਤਾਂ ਹੈ ਨਹੀਂ ਵੀ ਇੱਕ ਬੰਦੇ ਨੂੰ ਮਾਰ ਕੇ ਭੱਜਾਂਗੇ ਆਪਾਂ ਜੇ ਮਾੜਾ ਮੋਟਾ ਸੀ ਨਾ ਜਵਾਬ ਦਿੰਦੇ ਹੁਣ ਤਾਂ ਕਲੇ ਕਲੇ ਨੂੰ ਬੰਨ ਕੇ ਲੈਂਦੇ ਕਿੰਨੇ ਸਿੰਘ ਸਾਡੇ ਸਵੇਰੇ ਤਿੰਨ ਚਾਰ ਸਿੰਘਾਂ ਨੂੰ ਫੇਰ ਚੱਕ ਕੇ ਲੱਗੀ ਪੁਲਿਸ ਕੀ ਕਸੂਰ ਸੀਗਾ ਉਹਨਾਂ ਦਾ ਵੀ ਆਪਦੀ ਸੌਣੀ 'ਚ ਬੈਠਿਆ ਵੀ ਆਪਦੇ ਧਰਮ ਵਾਸਤੇ ਆਪਦੇ ਹੱਕ ਵਾਸਤੇ ਲੜ ਰਿਹਾ ਇਹੀ ਕਸੂਰ ਸੀਗਾ ਬਸ ਇਹ ਅਥਰੂ ਕਿੰਨੇ ਸਿੰਘ ਸਾਡੇ ਤਾਂ ਸਵੇਰੇ ਅੰਨੇ ਕਰਤੇ ਇਹਨਾਂ ਨੇ ਮਾਰ ਮਾਰ ਕੇ ਗੋਲੇ ਹਾਲੇ ਕਹਿੰਦੇ ਸਿੰਘਾਂ ਨੇ ਗੋਲੀ ਚਲਾ ਦੀ ਦੱਸੋ ਕਿੱਥੇ ਸਿੰਘਾਂ ਨੇ ਗੋਲੀ ਚਲਾਉਣੀ ਹੁਣ ਫੇਰ ਆਲੇ ਦੁਆਲੇ ਸਾਰੇ ਪੁਲਿਸ ਚੜੀ ਹੋਈ ਆਲੇ ਦੁਆਲੇ ਤੇ ਸਾਰੀਆਂ ਫੌਜ ਜਿਹਦੇ ਵਿੱਚ ਕੋਈ ਮਾੜੀ ਮੋਟੀ ਜ਼ਰੂਰਤ ਹੈਗੀ ਹੈ ਜਿਹੜਾ ਕੋਈ ਮਾੜਾ ਮੋਟਾ ਜਿਹਦੇ ਅੰਦਰ ਕੋਈ ਜਾਗਦਾ ਗਾ ਉਹ ਆਓ ਪਹੁੰਚੋ ਸੁਲਤਾਨਪੁਰ ਲੋਧੀ ਗੁਰਦੁਆਰਾ ਛਾਉਣੀ ਦੇ ਵਿੱਚ ਪਤਾ ਲੱਗੇ ਵੀ ਹਾਂ ਵੀ ਨਿੰਗਾ ਸਿੰਘ ਹੈ ਨੇ ਆ ਪੁਲਿਸ ਵਾਲੇ ਕੱਲ ਨੂੰ ਘੇਰ ਘੇਰ ਕੇ ਤੁਹਾਨੂੰ ਮਾਰਨ ਲੱਗ ਜਾਣਗੇ ਨਿੰਗਾ ਸਿੰਘਾਂ ਨੂੰ ਤੁਹਾਨੂੰ ਘਰੋਂ ਕੱਢ ਕੱਢ ਕੇ ਕੁੱਟਣਗੇ ਮਾਰਨਗੇ ਇੱਕ ਦਿਨ ਇਹ ਜੇ ਤੁਹਾਡਾ ਨਾਂ ਇਹਨਾਂ ਨੇ ਤੇ ਦਬਕਾ ਬਣਾਇਆ ਇਹਨਾਂ ਤੇ ਹੁਣ ਟਾਈਮ ਆ ਜੇ ਕਿਸੇ ਦੇ ਵਿੱਚ ਮਾੜੀ ਮੋਟੀ ਜ਼ਮੀਰ ਹੈਗੀ ਆ ਕੋਈ ਮਾੜਾ ਮੋਟਾ ਬੋਲਣ ਤੇ ਕਿਸੇ ਦੇ ਹੈਗੀ ਆ ਕਿ ਮਨ ਦੇ ਵਿੱਚ ਚਾਉ ਸ਼ਹੀਦੀਆਂ ਪਾਉਣ ਦਾ ਉਹ ਪਹੁੰਚ ਜਾਓ ਇੱਥੇ ਬਾਕੀ ਜਿਹਨੇ ਫਿਰਨ ਆਲ ਦੁਆਲੇ ਫਿਰੀ ਜਾਓ ਕੋਈ ਬਲਵੀਰ ਮੰਗ ਰਿਹਾ ਕੋਈ ਪੁਲਿਸ ਵਾਲਿਆਂ ਤੋਂ ਡਰਦਾ ਮਾਰਾ ਜਿਹੜੇ ਵਿੱਚ ਪੂੰਛ ਦੇ ਕੇ ਚੱਡਿਆਂ 'ਚ ਪੂੰਛ ਦੇ ਕੇ ਬੈਠੇ ਨੇੜੇ ਘਰਾਂ 'ਚ ਉਹ ਬੈਠੇ ਰਹੋ ਕੋਈ ਗੱਲ ਨਹੀਂ ਫੌਜਾਂ ਦਾ ਹੁਣ ਇੱਥੇ ਮੋਰਚਾ ਲਾ ਕੇ ਬਹਿ ਗਏ ਵੀ ਪੁਲਿਸ ਨੂੰ ਵੀ ਅਸੀਂ ਇਹ ਚੇਤਾਵਨੀ ਦਿੱਤੀ ਸਵੇਰੇ ਅਲੋਸਮੈਂਟ ਵੀ ਕਰਤੀ ਅਤੇ ਕੱਲ੍ਹ ਅਖਬਾਰ ਦੇ ਅਸੀਂ ਖਬਰ ਵੀ ਦੇ ਤੀ ਕੱਲ੍ਹ ਅਸੀਂ ਨੇ ਪੀ ਟੀ ਸੀ ਨਿਊਜ਼ ਵਾਲੇ ਆਏ ਸੀ ਉਹਨਾਂ ਨੂੰ ਦੱਸਤਾ ਵੀ ਭਾਈ ਦੇਖੋ ਸਾਡਾ ਨਿੰਗਾ ਸਿੰਘ ਦਾ ਆਪਸੀ ਗੱਲਬਾਤ ਆ ਸਾਡੀ ਅਸੀਂ ਆਪ 'ਚ ਵੀ ਪੁਲਿਸ ਇੱਥੇ ਆ ਕੇ ਕੋਈ ਗੱਲਬਾਤ ਨਾ ਕਰੇ ਪੁਲਿਸ ਦੀ ਗੱਲਬਾਤ ਇਹ ਹੁੰਦੀ ਆ ਵੀ ਉਹ ਆ ਕੇ ਦੋਨਾਂ ਧਿਰਾਂ ਨੂੰ ਪੁੱਛਣ ਐਂ ਨਹੀਂ ਹੁੰਦਾ ਵੀ ਇੱਕ ਧਿਰ ਤੋਂ ਪੈਸੇ ਕਾਲੇ ਦੂਸਰੀ ਧਿਰ ਨੂੰ ਮਾਰ ਮਾਰ ਕੇ ਸੁੱਟ ਦਿਓ ਆ ਹੁਣ ਸਾਡੇ ਕੋਲ ਖਬਰ ਆਈ ਆ ਕਹਿੰਦੇ ਵੀ ਭਗਵੰਤ ਮਾਨ ਨੇ ਹੁਕਮ ਦਿੱਤਾ ਵੀ ਭਾਈ 11 ਵਜੇ ਤੱਕ ਜੇ ਸੌਣੇ ਵਿਹਲੀ ਕਰ ਦਿੰਦੇ ਤਾਂ ਠੀਕ ਆ ਵੀ ਨਹੀਂ ਇਹਨਾਂ 'ਤੇ ਗੋਲੀ ਚਾਰਜ ਕਰ ਦਿਓ ਗੋਲੀ ਚਲਾ ਦੇਣੀ ਇਹਨਾਂ 'ਤੇ ਗੋਲੀ ਚਲਾ ਤਾਂ ਦਿਓਗੇ ਫਿਰ ਗੋਲੀ ਚਲਾ ਕੇ ਸ਼ਹੀਦਾਂ ਸਿੰਘ ਤੁਹਾਨੂੰ ਨਹੀਂ ਦੱਬਣਗੇ ਵਿੱਚ ਭਗਵੰਤ ਮਾਨ ਨੂੰ ਵੀ ਸਾਡੀ ਇਹ ਵੀ ਚੇਤਾਵਨੀ ਆ ਵੀ ਕੋਈ ਗੱਲ ਨਹੀਂ ਗੋਲੀ ਤਾਂ ਚਲਾ ਲਓਗੇ ਇਹਨਾਂ ਕਿਸੇ ਨੂੰ ਮੁੱਕਣ ਵਾਲੀ ਨਹੀਂ ਹੈਗੀ ਵੀ ਤੁਸੀਂ ਕਿਤੇ ਸੋਚਦੇ ਹੋ ਵੀ ਹਾਂ ਵੀ ਅਸੀਂ ਇੱਥੇ ਗੋਲੀ ਚਲਾ ਕੇ ਆਹ ਸਾਨੂੰ ਮਾਰ ਲਓਗੇ 40-50 ਨੂੰ ਇਹ ਤਾਂ ਨਵੇਂ ਜੰਮੀਏ ਜਾਣਗੇ ਪੈਦਾ ਹੋਈ ਜਾਣਗੇ ਕੱਲ੍ਹ ਨੂੰ ਤੁਹਾਨੂੰ ਵੀ ਹੱਥ ਪਾਉਣਗੇ ਫਿਰ